ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਦਲਬੀਰ ਕੌਰ ਔਰ ਵੈਲਕਮ ਟੂ ਮਾਈ ਚੈਨਲ। ਔਰ ਅਸੀਂ 3 ਮਹੀਨਿਆਂ ਦੇ ਲੋਕਡਾਊਨ ਤੋਂ ਬਾਅਦ ਅੱਜ ਖੁੱਲੀ ਹਵਾ ਵਿੱਚ ਆਏ ਹੋਏ ਹਾਂ, ਪਿੰਡ 'ਚ ਆਏ ਹੋਏ ਹਾਂ। ਸਾਡਾ ਮਨ ਬਹੁਤ ਫੀਲ ਵਧੀਆ ਗੁੱਡ ਫੀਲ ਕਰ ਰਿਹਾ, ਇਸ ਕਰਕੇ ਅਸੀਂ ਅੱਜ ਕੁਛ ਕਰਨਾ ਚਾਹੁੰਦੇ ਤੁਹਾਡੇ ਵਾਸਤੇ, ਇਸ ਕਰਕੇ ਅਸੀਂ ਵੀਡੀਓ ਲੈ ਕੇ ਆਏ ਹਾਂ। ਔਰ ਸਾਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਪਸੰਦ ਆਏਗੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੀਡੀਓ ਪਸੰਦ ਆਏ। ਹੈਲੋ ਫਰੈਂਡਸ, ਮੈਂ ਆਪਣੇ ਗਾਰਡਨ ਵਾਸਤੇ ਇੱਕ ਡੈਕੋਰੇਟ ਕਰ ਰਹੀ ਹਾਂ। ਉਹਦੇ ਵਾਸਤੇ ਮੈਨੂੰ ਇੱਟਾਂ ਦੀ ਸੀਮਟ ਦੀ ਸੀਮਟ ਮੈਂ 3 ਇੰਚ ਦਾ ਤਿਆਰ ਕੀਤਾ ਹੋਇਆ। ਉਹਦੇ ਵਾਸਤੇ ਮੈਨੂੰ ਆ ਕੁਛ ਸਮਰੀ ਵਿੱਚ ਡੈਕੋਰੇਟ ਕਰਨ ਵਾਸਤੇ ਲੋੜ ਪਵੇਗੀ, ਅਤੇ ਜੋ ਵੀ ਮੈਂ ਬਣਾਵਾਂਗੀ ਮੈਂ ਤੁਹਾਨੂੰ ਹੌਲੀ ਹੌਲੀ ਦਿਖਾਉਂਦੀ ਜਾਵਾਂਗੀ ਕਿ ਮੈਂ ਕੀ ਬਣਾ ਰਹੀ ਹਾਂ। ਓਕੇ, ਇਹ ਬੁਰਜੀ ਹੁਣ ਤਿਆਰ ਹੋ ਗਈ ਹੈ, ਤੇ ਇਸ ਤੋਂ ਬਾਅਦ ਮੈਂ ਇਹ ਜਿਹੜੀਆਂ 3 ਬੁਰਜੀਆਂ ਇਹ ਵੀ ਇਸ ਤਰ੍ਹਾਂ ਹੀ ਇਹਦੇ ਵਾਂਗ ਹੀ ਤਿਆਰ ਕਰ ਦਾਂਗੀ। ਫਰੈਂਡਸ, ਆਪਾਂ ਇਹ 4 ਜਿਹੜੀਆਂ ਕੰਧਾਂ ਬਣਾਉਣੀਆਂ ਸੀ ਉਹ ਆਪਾਂ ਬਣਾ ਲਈਆਂ। ਇਸ ਤੋਂ ਬਾਅਦ ਆਪਾਂ ਨੂੰ ਸੰਗਲੀ ਦਾ ਇਸਤੇਮਾਲ ਕਰਨਾ, ਤੇ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਆਪਾਂ ਇਹਨੂੰ ਲਗਾਉਣੀ ਹੈ। ਓਕੇ, ਇਹ ਨਾ ਸੰਗਲੀ ਇਸ ਤਰ੍ਹਾਂ ਸੰਗਲੀ ਲਾ ਕੇ ਇਸ ਤਰ੍ਹਾਂ ਵਿੱਚ ਲਗਾ ਦੇਣੀ। ਇਸ ਤਰ੍ਹਾਂ ਆਪਾਂ ਸੰਗਲੀ ਲਗਾ ਦਿੱਤੀ ਆ। ਇਸ ਤਰ੍ਹਾਂ ਆਪਾਂ ਹੁਣ ਸਾਰੀਆਂ ਲਗਾ ਲਾਂਗੇ। ਲੈਫਟ ਹੈਂਡ ਦੱਸਦੇ ਹਾਂ, ਇਹ ਵਿਚਲੀ ਸਾਈਡ ਥੋੜੀ ਜਿਹੀ ਵੱਡੀ ਰੱਖੀ ਹੋਈ ਆ, ਉਹ ਛੋਟੀ ਰੱਖੀ ਹੋਈ ਇਸ ਤੋਂ, ਇਹ ਥੋੜੀ ਵਿਚਕਾਰਲੀ ਵੱਡੀ ਰੱਖੀ ਹੋਈ ਆ। ਇਹ ਇਸ ਤਰ੍ਹਾਂ ਇਹ ਵੀ ਵਿੱਚ ਜੋੜ ਦੇਣਾ ਹੈਗਾ। ਦੇਖੋ ਫਰੈਂਡਸ, ਆਪਾਂ ਹੁਣ ਸੰਗਲੀ ਲਗਾ ਲਈ ਹੋਈ ਹੈ ਸਾਰਿਆਂ ਨੂੰ ਇੱਕੋ ਜਿਹੀ, ਤੇ ਇਹ ਹੁਣ ਬਸ ਆਪਾਂ ਉੱਪਰ ਇੱਕ ਇੱਕ ਇੱਟ ਲਗਾਉਣੀ, ਅੱਧੀ ਇੱਟ ਲਗਾਉਣੀ ਹੈ। ਇਸ ਤਰ੍ਹਾਂ ਹੀ ਆਪਾਂ ਇਸਦੀ ਵੀ ਲਗਾਵਾਂਗੇ।
ठीक है, कंप्लीट हो गई इस तरह।